ਸਾਡੇ ਡਰਾਈਵਰ ਤੱਕ ਨੂੰ ਨਹੀਂ ਪਤਾ ਸੀ ਅਸੀਂ ਕਿੱਥੇ ਚੱਲੇ, ਮਗਰ ਸਾਡੀ ਇਤਕਲਾ ਇੱਥੇ ਪਹੁੰਚ ਗਈ ਸੀ। ਜਿਹੜਾ ਖੁਫੀਆ ਵਿਭਾਗ ਹੈ ਪੰਜਾਬ ਪੁਲਿਸ ਦਾ, ਨਾ ਨਾ ਨਾ, ਉਹ ਮਾਈਨਿੰਗ ਮਾਫੀਆ ਲਈ ਕੰਮ ਕਰ ਰਿਹਾ। ਲੋਕਲ ਕਾਂਗਰਸ MLA ਜਾਂ ਲੋਕਲ ਥਾਣੇਦਾਰ ਨਹੀਂ, ਇਹ ਹੱਥ DGP ਪੰਜਾਬ, ਚੀਫ ਮਿਨਿਸਟਰ ਪੰਜਾਬ ਤੱਕ ਰਲੇ ਆ। ਸਮਝੀਏ ਕਿ ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ DGP ਤੱਕ ਕਾਰਵਾਈ ਹੋਏਗੀ, ਭਾਈ ਤਾਂ ਹੋ ਹੀ ਜਾਊਗੀ ਜੀ। ਚੰਡੀਗੜ੍ਹ ਮਾਈਨਿੰਗ ਮਾਫੀਆ ਨੂੰ DGP ਕਿੱਥੋਂ ਮਿਲ ਪਿਆ? ਕਿੱਥੇ ਇਕੱਠੇ ਰੋਟੀ ਖਾ ਰਹੇ ਸੀ? ਅਗਲਾ ਪਲਾਨ ਆਫ ਐਕਸ਼ਨ ਕੀ ਹੈ ਤੁਹਾਡਾ? ਪਿਕਚਰ ਬਾਕੀ ਆ। ਲਗਾਤਾਰ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਮੁਕੇਰੀਆਂ ਤਲਵਾੜਾ ਦੇ ਇਲਾਕੇ ਦੇ ਵਿੱਚ ਜਾ ਕੇ ਇਲੀਗਲ ਮਾਈਨਿੰਗ ਦੇ ਖੁਲਾਸੇ ਕਰ ਰਹੇ ਨੇ, ਪੰਜਾਬ ਸਰਕਾਰ 'ਤੇ ਆਰੋਪ ਲਗਾ ਰਹੇ ਨੇ। ਸਾਡੇ ਨਾਲ ਮੌਜੂਦ ਨੇ ਬਿਕਰਮ ਸਿੰਘ ਮਜੀਠੀਆ। ਮਜੀਠੀਆ ਸਾਹਿਬ, 40 ਡਿਗਰੀ ਤੋਂ ਵੱਧ ਦਾ ਤਾਪਮਾਨ ਹੈ, ਲਗਾਤਾਰ ਸਵੇਰ ਤੋਂ ਘੁੰਮ ਰਹੇ ਹੋ, ਕਿੰਨਾ ਕੁ ਪ੍ਰੈਸ਼ਰ ਕ੍ਰੀਏਟ ਕਰਤਾ ਸਰਕਾਰ ਨੇ ਅੱਜ? ਦੇਖੋ ਮੇਰਾ ਵੀਰ, ਇਹ ਜਿਹੜੇ ਇਸ ਇਲਾਕੇ ਦੇ ਲੋਕ ਨੇ ਉਹ ਬੜੇ ਦੁਖੀ ਆ। ਪਹਿਲਾਂ ਬਿਆਸ ਤੋਂ ਖਬਰ ਚੱਲੀ, ਅਸੀਂ ਉੱਥੇ ਗਏ, ਅੱਜ ਇੱਥੋਂ ਸਾਡੇ ਕੋਲ ਲੋਕਾਂ ਸੱਜਣਾਂ ਦੇ ਪੰਚਾਇਤਾਂ ਦੇ ਫੋਨ ਆਏ, ਅਸੀਂ ਅੱਜ ਇੱਥੇ ਆ ਗਏ। ਮਗਰ ਤੁਸੀਂ ਕਮਾਲ ਦੀ ਗੱਲ ਵੇਖੋ, ਰਲੀ ਮਿਲੀ ਭੁਗਤ ਕਿੰਨੀ ਆ। ਸਾਡੇ ਡਰਾਈਵਰ ਤੱਕ ਨੂੰ ਨਹੀਂ ਪਤਾ ਸੀ ਅਸੀਂ ਕਿੱਥੇ ਚੱਲੇ, ਮਗਰ ਸਾਡੀ ਇਤਕਲਾ ਇੱਥੇ ਪਹੁੰਚ ਗਈ ਸੀ। ਉਹਦਾ ਕੀ ਕਾਰਨ ਹੈ? ਇਨਫੋਰਮੇਸ਼ਨ, ਖੁਫੀਆ ਏਜੰਸੀ, ਜਿਹੜਾ ਖੁਫੀਆ ਵਿਭਾਗ ਹੈ ਪੰਜਾਬ ਪੁਲਿਸ ਦਾ, ਨਾ ਨਾ ਨਾ, ਉਹ ਮਾਈਨਿੰਗ ਮਾਫੀਆ ਲਈ ਕੰਮ ਕਰ ਰਿਹਾ ਕੈਪਟਨ ਸਾਹਿਬ ਨੇ। ਦੇਖੋ, ਲੋਕ ਗੁੰਡਾ ਟੈਕਸ ਦੀ ਗੱਲ ਕਰਨ, ਉਹ ਪਰਚਾ ਨਹੀਂ ਦਰਜ ਹੁੰਦਾ। ਸਰਕਾਰੀ ਖਜ਼ਾਨੇ ਦੀ ਲੁੱਟ ਦੀ ਗੱਲ ਕਰੇ, ਉਹ ਪਰਚਾ ਨਹੀਂ ਦਰਜ ਹੁੰਦਾ। ਪੰਚਾਇਤੀ ਮਹਿਕਮੇ 'ਚੋਂ ਮਾਈਨਿੰਗ ਇਲੀਗਲ ਹੋਵੇ, ਉਹ ਪਰਚਾ ਦਰਜ ਨਹੀਂ ਹੁੰਦਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗਾਈਡਲਾਈਨ ਦੀਆਂ ਧੱਜੀਆਂ ਉਡਾਈਆਂ ਜਾਣ, ਉਹ ਪਰਚਾ ਦਰਜ ਨਹੀਂ ਹੁੰਦਾ। ਹਾਈਕੋਰਟ ਦੀ ਆਰਡਰਾਂ ਦੀ ਉਲੰਘਣਾ ਹੋਵੇ, ਉਹ ਪਰਚਾ ਦਰਜ ਨਹੀਂ ਹੁੰਦਾ। ਮਗਰ ਸਾਡੇ 'ਤੇ ਬਾਲ ਸਾਹਿਬ 'ਤੇ ਪਰਚਾ ਦੇ ਤਾ। ਅੱਜ ਵੀ ਹੋ ਸਕਦੇ ਨੇ, ਉਮੀਦਾਂ ਹੈਗੀਆਂ ਜਿਸ ਤਰ੍ਹਾਂ ਵੱਡੇ ਖੁਲਾਸੇ ਕਰ ਹੋ ਜੇ ਕਰਵਾਉਣ ਹੀ ਆਏ ਹਾਂ, ਸਮਝੋ। ਅੱਜ ਇਹੀ ਚੈਲੰਜ ਸੀਗਾ ਕਿ ਪਰਚੇ ਕਰੋ, ਹੋਰ ਸੱਚ ਦੱਸਾਂਗੇ ਲੋਕਾਂ ਦੀ ਆਵਾਜ਼ ਬਣ ਕੇ, ਜਿੰਨੇ ਮਰਜ਼ੀ ਪਰਚੇ ਦੇ ਦੇਣ, ਮਗਰ ਅਸਲੀਅਤ ਕੀ ਨਿਕਲ ਕੇ ਆਈ ਕਿ ਆਪਾਂ ਦਰਸ਼ਨ ਬਰਾੜ ਦੇ ਹੋ ਕੇ ਆਏ ਹਾਂ। ਲੋਕਲ ਕਾਂਗਰਸ MLA ਜਾਂ ਲੋਕਲ ਥਾਣੇਦਾਰ ਨਹੀਂ, ਇਹ ਹੱਥ DGP ਪੰਜਾਬ, ਚੀਫ ਮਿਨਿਸਟਰ ਪੰਜਾਬ ਤੱਕ ਰਲੇ ਆ ਔਰ ਕਹਿ ਰਹੇ ਇਹ ਪੈਸਾ ਸਾਰਾ ਪੰਜਾਬ ਦੇ ਖਜ਼ਾਨੇ ਦੀ ਲੁੱਟ, ਜਿਹੜਾ ਇਹ ਪੈਸਾ ਇਲੀਗਲ ਤੌਰ 'ਤੇ AICC ਦਫ਼ਤਰ ਚਲਾਉਣ ਲਈ ਇਹ ਪੈਸਾ ਜਾ ਰਿਹਾ, ਔਰ ਰਾਹੁਲ ਗਾਂਧੀ, ਸੋਨੀਆ ਗਾਂਧੀ ਇਸ ਮੁੱਦੇ 'ਚ 120 ਥੱਲੇ, ਉਹ ਵੀ ਨਾਲ ਇਨਵਾਲਵਡ ਨੇ। ਮਜੀਠੀਆ ਸਾਹਿਬ, ਤੁਸੀਂ ਕਹਿ ਰਹੇ ਹੋ DGP ਤੱਕ ਦੀ ਸ਼ਮੂਲੀਅਤ ਹੈ, CM ਤੱਕ ਦੀ ਸ਼ਮੂਲੀਅਤ ਹੈ, ਤੁਹਾਡੇ ਪ੍ਰਧਾਨ ਕਹਿੰਦੇ ਕਿ ਸਰਕਾਰ ਬਣਦੀ, ਅਸੀਂ ਇਹ ਜਿਹੜੇ ਖੁਲਾਸੇ ਕਰ ਰਹੇ ਕਾਰਵਾਈ ਕਰਾਂਗੇ, ਮਤਲਬ ਸਮਝੀਏ ਕਿ ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ DGP ਤੱਕ ਕਾਰਵਾਈ ਹੋਏਗੀ? ਭਾਈ ਤਾਂ ਹੋ ਹੀ ਜਾਊਗੀ ਜੀ। ਬਿਆਸ ਦਰਿਆ 'ਚ ਖਲੋਤੇ ਹਾਂ, ਬਿਆਸ ਥਾਣੇ ਖਲੋਤੇ ਹਾਂ, ਲੋਕਾਂ ਦੀ ਪੰਚਾਇਤ ਦੀ ਸ਼ਿਕਾਇਤ ਦਰਜ ਨਹੀਂ ਹੋ ਰਹੀ, ਗੁੰਡਾ ਟੈਕਸ ਦੀ ਸ਼ਿਕਾਇਤ ਦਰਜ ਨਹੀਂ ਹੋ ਰਹੀ। ਚੰਡੀਗੜ੍ਹ ਮਾਈਨਿੰਗ ਮਾਫੀਆ ਨੂੰ DGP ਕਿੱਥੋਂ ਮਿਲ ਪਿਆ? ਕਿੱਥੇ ਇਕੱਠੇ ਰੋਟੀ ਖਾ ਰਹੇ ਸੀ? ਉੱਥੋਂ ਆਰਡਰ ਹੋ ਗਿਆ ਜਿਹੜਾ ਇੱਥੇ ਪਰਚਾ ਦੇ ਦਿਓ, ਉਹਨਾਂ ਦੀ ਆਰਡਰ, ਇੰਨੀ ਛੇਤੀ ਕਾਰਵਾਈ, ਇੱਥੋਂ ਮਿਲੀ ਭੁਗਤ ਸਾਫ਼। ਮੁਕੇਰੀਆ ਦੇ MLA ਇੰਦੂ ਬਲ, ਦਿਖਾਓ ਇੱਕ ਵਾਰੀ, ਉੱਧਰ ਵੀ ਦੇਖੋ, ਇਹ ਤੁਹਾਨੂੰ ਰੋਕਣ ਲਈ ਬਣਾਇਆ ਗਿਆ ਇਸ ਤਰ੍ਹਾਂ? ਹੁਣ ਇਹ ਤਾਜ਼ਾ ਕੰਮ ਹੈ, ਆਹ ਹੁਣ ਦੇ ਨਿਸ਼ਾਨ ਨੇ, ਇਹ ਤੋਂ ਤਾਜ਼ਾ ਕੰਮ ਕੀ ਹੋ ਸਕਦਾ? ਏਰੀਆ ਦੀ MLA ਜਿੱਥੇ ਤੁਸੀਂ ਸਹੀ ਹੈ ਤੇ ਰਾਹ ਰੋਕਣ, ਪੰਚਾਇਤੀ ਰਾਹ ਹੈ ਕੀ? ਏਰੀਆ ਦੀ MLA ਕਹਿੰਦੇ ਨੇ ਕਿ ਇਹ ਤਾਂ ਅਫਸਰਾਂ ਨੇ ਦੇਖਣਾ, ਮੈਨੂੰ ਕੀ ਪਤਾ ਇਲੀਗਲ ਮਾਈਨਿੰਗ ਕਿੱਥੇ ਹੁੰਦੀ ਹੈ। ਅਤੇ ਅਫਸਰ ਨਾਲ ਹੀ ਰਲੇ ਇਹਨਾਂ ਦੇ, ਅਫਸਰ ਇਹੀ ਲਵਾ ਰਹੇ ਹੈ, ਅਫਸਰ ਉੱਤੋਂ ਥੋੜ੍ਹੀ ਡਿੱਗ ਰਹੇ ਆ। ਅਗਲਾ ਪਲਾਨ ਆਫ ਐਕਸ਼ਨ ਕੀ ਹੈ ਤੁਹਾਡਾ? ਸਰਕਾਰ ਤਾਂ ਹਜੇ ਸਮਾਂ ਲੱਗ ਜਾਣਾ, ਦੱਸ ਦਿਆਂਗੇ ਤੇ ਫਿਰ ਉਹਨਾਂ ਨੇ ਸੁਚੇਤ ਹੋ ਜਾਣਾ। ਅਗਲੇ ਦਿਨ, ਅਗਲੇ ਆਉਣ ਵਾਲੇ ਦਿਨਾਂ 'ਚ ਵੀ ਚੱਲਦੀ ਰਹੂਗੀ, ਲੋਕੇਸ਼ਨ ਨਾ ਦੱਸੋ, ਰੇਡਾਂ ਚੱਲਦੀ ਰਹੇ, ਪਿਕਚਰ ਬਾਕੀ ਆ। ਇਹ ਸਨ ਬਿਕਰਮ ਸਿੰਘ ਮਜੀਠੀਆ ਜਿਹੜੇ ਕਹਿ ਰਹੇ ਨੇ ਪਿਕਚਰ ਵੀ ਬਾਕੀ ਆ, ਔਰ ਇਸੇ ਤਰ੍ਹਾਂ ਅੱਗੇ ਵੀ ਜਿਸ ਤਰ੍ਹਾਂ ਇਹ ਖੁਲਾਸੇ ਅੱਜ ਕਰ ਰਹੇ ਨੇ, ਇਹ ਖੁਲਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁੰਦੇ ਰਹਿਣਗੇ ਔਰ ਪੰਜਾਬ ਸਰਕਾਰ 'ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਇਸੇ ਤਰ੍ਹਾਂ ਕਰਦੇ ਰਹਿਣਗੇ। ਕੈਮਰਾਮੈਨ ਜਤਿੰਦਰ ਲਾਲ, ਰਮਾਂਸ਼ੂ ਗਾਬਾ, ਦੈਨਿਕ ਸਵੇਰਾ TV, ਤਲਵਾੜਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।